ਜ਼ਰੂਰ ਸਮਝ ਹੋਵੇ ਕੇਤਿਆਂ ਦੂਖ ਭੋਗ ਸਦ ਮਾਰ ਇਹ ਪੇਦਾ ਤੇਰੀ ਦਾਦਾ। ਉਹ ਗੁਰੂ ਨਾਨਕ ਮਹਾਰਾਜ ਨੇ ਕਿੰਨਾ ਪਿਆਰਾ ਜੀਵਨ ਦਾ ਨਜ਼ਰੀਆ ਤੁਹਾਨੂੰ ਦਿੱਤਾ ਹੈ, ਮੈਨੂੰ ਦਿੱਤਾ ਹੈ ਕਿ ਜੇ ਦੁੱਖ ਆਵੇ ਨਾ ਉਹਨੂੰ ਵੀ ਰੱਬ ਦੀ ਦਾਤ ਹੀ ਸਮਝਿਆ ਕਰ। ਉਹ ਰੱਬ ਦੀ ਦਾਤ ਹੈ। ਦੁਨੀਆਂ 'ਚ ਕੋਈ ਇੱਕ ਵਿਅਕਤੀ ਮੈਨੂੰ ਤੁਸੀਂ ਦਿਖਾ ਦਿਓ ਜਿਹਨੇ ਇਹ ਗੱਲ ਕਹੀ ਹੋਵੇ ਵੀ ਦੁੱਖ ਵੀ ਦਾਤ ਹੀ ਹੈ। ਸੁੱਖ ਤੇ ਦਾਤ ਸਾਰੇ ਹੀ ਕਹਿੰਦੇ ਨੇ, ਪਰ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨਹੀਂ, ਸੁੱਖ ਨਹੀਂ ਦੁੱਖ ਵੀ ਦਾਤ ਹੈ। ਰਜਵੀਂ ਰੋਟੀ ਮਿਲ ਜਾਣੀ ਇਹ ਤਾਂ ਬੜੀ ਵੱਡੀ ਦਾਤ ਹੈ। ਮਹਾਰਾਜ ਕਹਿੰਦੇ ਭੁੱਖ ਵੀ ਦਾਤ ਹੈ, ਭੁੱਖ ਵੀ ਦਾਤ ਹੈ। ਕਿੰਨੇ ਹੀ ਦੁੱਖ ਤੁਹਾਨੂੰ ਘੇਰ ਕੇ ਬੈਠੇ ਹੋਣ, ਮਹਾਰਾਜ ਕਹਿੰਦੇ ਇਹ ਵੀ ਦਾਤ ਹੈ। ਸੁੱਖ ਨੂੰ ਤਾਂ ਸਾਰੇ ਦਾਤ ਮੰਨਦੇ ਨੇ, ਗੁਰਦੇਵ ਕਹਿੰਦੇ ਮੈਂ ਕਹਿੰਦਾ ਦੁੱਖ ਵੀ ਦਾਤ ਹੈ। ਔਰ ਇਹਨੂੰ ਹੀ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਤੁਸੀਂ ਪੜ੍ਹੋ, ਪੜ੍ਹੋਗੇ ਦੁਬਾਰਾ ਫਿਰ ਜਿਉਂਦੇ ਹੋ ਜਾਓਗੇ। ਤੁਸੀਂ ਸੁਣੋ, ਤੁਸੀਂ ਸੁਣੋਗੇ ਫਿਰ ਦੁਬਾਰਾ ਜੀਵਨ ਤੁਹਾਡੇ 'ਚ ਦੌੜਨਾ ਸ਼ੁਰੂ ਕਰਦਾ ਹੈ। ਕੋਈ ਦੁਨੀਆ ਦੀ ਚੀਜ਼ ਤੁਹਾਨੂੰ ਡੁਲਾ ਨਹੀਂ ਸਕਦੀ। ਗੁਰਦੇਵ ਕਹਿੰਦੇ ਚੱਖੜ ਵਾਓ ਨਾ ਡੋਲਈ ਪਰਬਤ ਮੇਰਾਨ। ਫਤਿਹ ਕੀ ਹੈ ਦੇਖੋ ਨਾ, ਪਰ ਰੋਜ਼ ਕਿੰਨੀ ਵਾਰੀ ਫਤਿਹ ਬੁਲਾਉਂਦੇ ਹਾਂ। ਰੋਜ਼ਾਨਾ ਜਦੋਂ ਆਪਾਂ ਮਿਲਦੇ ਹਾਂ ਕਿਸੇ ਗੁਰਸਿੱਖ ਨੂੰ ਆਪਾਂ ਫਤਿਹ ਬੁਲਾਉਂਦੇ ਹਾਂ। ਅਤੇ ਮੈਂ ਬੇਨਤੀ ਕੀਤੀ ਹੈ ਕਿ ਇਹਨਾਂ ਸ਼ਬਦਾਂ ਨੂੰ ਸਿਰਫ ਬੋਲਣਾ ਨਹੀਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਵੇਂ ਨਹੀਂ ਹੈਗਾ। ਇਹ ਤੁਹਾਡੀ ਜ਼ੁਬਾਨ 'ਤੇ ਫਤਿਹ ਮਿਲ, ਤੁਹਾਡੇ ਜੀਵਨ 'ਚ ਫਤਿਹ। ਜਿੱਧਰ ਵੀ ਜਾਓਗੇ ਹਰ ਮੈਦਾਨ ਫਤਿਹ। ਔਰ ਤੁਹਾਡੇ ਕੋਲ ਤਾਂ ਬੋਲ ਹੀ ਐਸੇ ਨੇ ਗੁਰਮੁਖ ਪਿਆਰਿਓ, ਜੋ ਸਤਿਗੁਰਾਂ ਨੇ ਸਿੱਖ ਸਾਹਿਬਾਨਾਂ ਨੇ ਤੁਹਾਨੂੰ ਬਖਸ਼ਿਸ਼ ਕੀਤੇ ਨੇ। ਕੋਈ ਬੋਲ ਐਸਾ ਨਹੀਂ ਹੈਗਾ ਜੋ ਤੁਹਾਨੂੰ ਡਿੱਗਦਾ ਹੋਵੇ। ਹਰੇਕ ਬੋਲ ਡਿੱਗੇ ਹੋਏ ਨੂੰ ਚੁੱਕਣ ਵਾਸਤੇ ਹੈ। ਸਤਿ ਸ੍ਰੀ ਅਕਾਲ ਬੋਲਦੇ ਹੋ ਨਾ ਤੁਸੀਂ, ਸੱਤਵੀਂ ਸਦੀਵੀ ਸਦਾ। ਅਕਾਲ ਮੀਨ ਜਿਹਦੇ 'ਤੇ ਕੋਈ ਪ੍ਰਭਾਵ ਨਹੀਂ ਹੈ ਕਾਲ ਦਾ। ਤੁਸੀਂ ਜੈਕਾਰਾ ਰੋਜ਼ ਬੁਲਾਉਂਦੇ ਹੋ, ਰੋਜ਼ ਸੁਣਦੇ ਹੋ, ਬੋਲੇ ਸੋ ਨਿਹਾਲ। ਨਿਹਾਲ ਮੀਨ ਕੀ ਹੈ? ਸਿਰਫ ਅਸੀਂ ਬੋਲਿਆ ਛੱਡ ਦਿੱਤਾ, ਨਾਨਕ ਨਾਮ ਚੜ੍ਹਦੀ ਕਲਾ ਪੜ੍ਹਿਆ ਛੱਡ ਦਿੱਤਾ। ਔਰ ਪੜ੍ਹਦੇ ਵੀ ਬੜੇ ਉਦਾਸ ਜਿਹੇ ਹਾਂ, ਪੜ੍ਹਦੇ ਪਏ ਨਾਨਕ ਨਾਮ ਚੜ੍ਹਦੀ ਕਲਾ ਅਤੇ ਚਿਹਰਾ ਉਤਰਿਆ ਹੋਇਆ ਦੁਖੀ ਪਰੇਸ਼ਾਨ ਨਾਨਕ ਨਾਮ ਚੜ੍ਹਦੀ ਕਲਾ। ਮੀਨ ਤੁਹਾਡਾ ਅਤੇ ਤੁਹਾਡੇ ਸ਼ਬਦਾਂ ਦਾ ਕੋਈ ਤਾਲਮੇਲ ਨਹੀਂ ਹੈ। ਤੁਹਾਡਾ ਅੰਦਰ ਅਤੇ ਤੁਹਾਡਾ ਬਾਹਰ, ਇਹਨਾਂ ਦੋਨਾਂ ਦਾ ਆਪਸੀ ਕੋਈ ਸੰਬੰਧ ਨਹੀਂ ਹੈ। ਤੁਸੀਂ ਬੋਲਦੇ ਕੁਝ ਹੋਰ ਹੋ, ਅੰਦਰ ਕੁਝ ਹੋਰ ਚੱਲਦਾ ਹੈ। ਇਹਨਾਂ 'ਤੇ ਭਰੋਸਾ ਕਰਨਾ ਹੈ, ਇਹਨਾਂ ਸ਼ਬਦਾਂ 'ਤੇ ਭਰੋਸਾ ਕਰਨਾ। ਜੇ ਤੁਸੀਂ ਕਹਿੰਦੇ ਹੋ ਗੁਰਮੇਰੇ ਸੰਗ ਸਦਾ ਹੈ ਨਾਲੇ, ਤਾਂ ਫਿਰ ਨਾਲ ਮੰਨੋ, ਭਰੋਸਾ ਵੀ ਕਰੋ ਨਾ ਵੀ ਮੇਰੇ ਨਾਲ ਹੈ, ਮੈਨੂੰ ਡਿੱਗਣ ਨਹੀਂ ਦਿੰਦਾ। ਜੇਕਰ ਮੈਂ ਡਿੱਗਦਾ ਮੈਨੂੰ ਚੁੱਕ ਲਏਗਾ। ਭਰੋਸਾ ਕਰਨਾ ਪਏਗਾ, ਜੇ ਬੋਲ ਕਹਿਣੇ ਨੇ ਤਾਂ ਫਿਰ ਭਰੋਸਾ ਕਰਨਾ ਪਏਗਾ, ਵਿਸ਼ਵਾਸ ਕਰਨਾ ਪਏਗਾ। ਔਰ ਵਿਸ਼ਵਾਸ ਕਰ ਲਿਆ, ਭਰੋਸਾ ਕਰ ਲਿਆ, ਤਾਂ ਸਾਰੀ ਦੀ ਸਾਰੀ ਖੇਡ ਤਬਦੀਲ ਹੋ ਜਾਏਗੀ ਜ਼ਿੰਦਗੀ ਦੀ। ਜੀਵਨ ਬਿਲਕੁਲ ਨਵੇਂ ਸਿਰੇ ਤੋਂ, ਭਾਵੇਂ ਤੁਹਾਨੂੰ 10 ਸਾਲ ਹੋ ਗਏ ਨੇ ਨਾ ਤਣਾਅ ਵਿੱਚ। ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਗੁਰਮੁਖ ਪਿਆਰਿਓ, ਤਣਾਅ ਹੋ ਗਿਆ, ਚਿੰਤਾ ਹੋ ਗਈ, ਇਹ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਜਿਵੇਂ ਕਦੀ ਕਦੀ ਬੁਖਾਰ ਨਹੀਂ ਸੀ ਚੜ੍ਹ ਜਾਂਦਾ ਆਮ ਜੀ ਗੱਲ ਸੀ, ਸਿਰ ਦਰਦ ਹੋਣੀ ਆਮ ਜੀ ਗੱਲ ਸੀ, ਇਹ ਆਮ ਗੱਲ ਹੋ ਗਈ ਹੈ। ਜਿਹਨੂੰ ਕੁਝ ਵੀ ਨਹੀਂ ਹੈਗਾ ਉਹ ਕਹਿੰਦਾ ਮੈਨੂੰ ਚਿੰਤਾ ਹੈ,
ਬੱਚੇ ਨੂੰ ਪੁੱਛ ਲਓ ਉਹ ਕਹਿੰਦਾ ਮੈਨੂੰ ਚਿੰਤਾ ਹੈ, ਜਵਾਨ ਨੂੰ ਪੁੱਛ ਲਓ ਕਹਿੰਦਾ ਮੈਨੂੰ ਚਿੰਤਾ ਹੈ, ਬੁਢੇਪੇ 'ਚ ਉਹ ਕਹਿੰਦਾ ਮੈਨੂੰ ਚਿੰਤਾ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਬੋਝ ਹੈ ਨਾ ਤੇਰੇ ਸਿਰ 'ਤੇ ਜਿਹਦੀ ਤੂੰ ਚਿੰਤਾ ਕਰਦਾ ਉਹ ਲਾਹ ਕੇ ਰੱਖ ਦੇ, ਤੈਨੂੰ ਕਾਹਦੀ ਚਿੰਤਾ। ਜਦੋਂ ਮੈਂ ਇਹ ਗੱਲ ਕਹਿ ਰਿਹਾ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ ਤਿੰਨਾਂ ਪਿਰੋ ਜੀ ਦੇ, ਤੂੰ ਕਾਹਤੋਂ ਚਿੰਤਾ ਕਰਦਾ, ਤੂੰ ਐਵੇਂ ਭਾਰ ਸਿਰ 'ਤੇ ਚੱਕੀ ਫਿਰਦਾ। ਭਾਈ ਮਰਦਾਨਾ ਜੀ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲੇ, ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਰਬਾਬ ਬੜੀ ਸੋਹਣੀ ਵਜਾਉਂਦੇ ਹੋ। ਭਾਈ ਮਰਦਾਨਾ ਜੀ ਨੂੰ ਕਹਿੰਦੇ ਮਹਾਰਾਜ ਕਿ ਮਰਦਾਨਿਆ ਰਬਾਬ ਬੜੀ ਭਲੀ ਵਜਾਇਦਾ ਕਿ ਤੇਰੀ ਰਬਾਬ ਦੇ ਅੰਦਰ ਬਹੁਤ ਤਾਕਤ ਹੈ, ਅਗਰ ਤੂੰ ਕਹੇ ਤਾਂ ਇਸ ਰਬਾਬ ਦੇ ਅੰਦਰ ਸ਼ਬਦ ਮਲਾਇਕ ਹੈ ਗਾਏ ਤਾਂ ਤੇਰਾ ਦੋਵੇਂ ਥਾਈਂ ਭਲਾ ਕਰੀਏ, ਵੀ ਜੇਕਰ ਇਸ ਰਬਾਬ ਦੇ ਅੰਦਰ ਤੂੰ ਸ਼ਬਦ ਮਿਲਾ ਦੇ ਤਾਂ ਫਿਰ ਦੋਵਾਂ ਥਾਵਾਂ 'ਤੇ ਤੇਰਾ ਭਲਾ ਹੋਏਗਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ 31 ਰਾਗਾਂ 'ਚ ਹੈ। ਰਾਗ ਜਿਹੜਾ ਰਾਗ ਹੈ ਅਤੇ ਸ਼ਬਦ ਹੈ ਉਹਦਾ ਸੁਮੇਲ ਹੈ। ਰਾਗ ਤੁਹਾਡੇ ਆਤਮਾ ਦੀ ਖੁਰਾਕ ਹੈ, ਉਹਦੇ ਵਿੱਚ ਮਹਾਰਾਜ ਨੇ ਹੋਰ ਜਿਹੜੀ ਸਭ ਤੋਂ ਪਾਵਰਫੁਲ ਤਾਕਤ ਹੈ ਸ੍ਰਿਸ਼ਟੀ ਨੂੰ ਸਿਰਜਦੀ ਹੈ ਜਿਹੜੀ, ਜਿਹਨੂੰ ਗੁਰੂ ਸਾਹਿਬ ਕਹਿੰਦੇ ਸ਼ਬਦ, ਇਹ ਸ਼ਬਦ ਇਹ ਸ੍ਰਿਸ਼ਟੀ ਦਾ ਦਰਵਾਜ਼ਾ ਹੈ। ਸ਼ਬਦ ਦੇ ਜ਼ਰੀਏ ਆਪਾਂ ਸੰਸਾਰ ਵਿੱਚ ਆਏ ਹਾਂ। ਮਹਾਰਾਜ ਕਹਿੰਦੇ ਉਪਤ ਪਰਲੋ ਸ਼ਬਦ ਹੈ, ਉਹ ਸ਼ਬਦ ਦੇ ਜ਼ਰੀਏ ਉਹ ਸ਼ਬਦ ਨੂੰ ਰਾਗ ਦੇ ਅੰਦਰ ਕਿੰਨੀ ਤਾਕਤ ਹੋ ਗਈ ਦੋਵਾਂ 'ਚ, ਜਦੋਂ ਤੁਹਾਡੇ ਕੰਨਾਂ 'ਚ ਪੈਗੀ ਤੁਸੀਂ ਸੁਣੋਗੇ ਆਪਣੇ ਕੰਨਾਂ ਨਾਲ ਆਪਣੇ ਰਸਨਾਂ ਨਾਲ ਗਾਓਗੇ, ਅਸੀਮ ਤਾਕਤ ਦੇ ਮਾਲਕ ਬਣ ਜਾਓਗੇ। ਗੁਰੂ ਸਾਹਿਬ ਕਹਿੰਦੇ ਜੇਕਰ ਤੂੰ ਇਸ ਰਬਾਬ ਦੇ ਨਾਲ ਸ਼ਬਦ ਪਾਏ ਤਾਂ ਤੇਰਾ ਦੋਵੇਂ ਥਾਂ ਭਲਾ ਕਰੀਏ। ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਮੈਂ ਅਮੀਰਾਂ ਦੇ ਜਾਂਦਾ ਉੱਥੇ ਗਾਉਂਦਾ, ਮੈਨੂੰ ਉੱਥੋਂ ਮਿਲਦਾ ਕੁਝ ਅਤੇ ਉਹਦੇ ਨਾਲ ਮੇਰਾ ਪਰਿਵਾਰ ਪਲਦਾ, ਅਤੇ ਜੇ ਮੈਂ ਤੁਹਾਡੇ ਨਾਲ ਚਲਾ ਗਿਆ ਤਾਂ ਮੇਰਾ ਪਰਿਵਾਰ ਕੌਣ ਪਾਲੇਗਾ। ਮੈਂ ਤੁਹਾਡੇ ਨਾਲ ਚਲਾ ਗਿਆ ਤਾਂ ਮੇਰਾ ਪਰਿਵਾਰ। ਉੱਥੇ ਗੁਰਦੇਵ ਜੀ ਨੇ ਫਿਰ ਕਿਹਾ ਸੀ ਕਿ ਮਰਦਾਨਿਆ ਤੂੰ ਦੀਵਾਨਾ ਹੋ ਗਿਆ, ਤੈਨੂੰ ਕਿੰਨੇ ਭੁਲੇਖਾ ਪਾ ਦਿੱਤਾ ਕਿ ਤੇਰੇ ਪਰਿਵਾਰ ਨੂੰ ਤੂੰ ਪਾਲਦਾ। ਸਭ ਤੋਂ ਵੱਡਾ ਬੋਝ ਆਹੀ ਹੈ ਕਿ ਸਾਨੂੰ ਲੱਗਦਾ ਕਿ ਪਰਿਵਾਰ ਨੂੰ ਮੈਂ ਪਾਲਦਾ ਪਿਆ। ਇਹਨੂੰ ਤੁਸੀਂ ਚਿੰਤਾ ਕਹਿੰਦੇ ਹੋ ਨਾ ਕਿ ਮੇਰੇ ਬੱਚੇ ਕੀ ਕਰਨਗੇ, ਇਹਨਾਂ ਦਾ ਭਵਿੱਖ ਕੀ ਹੋਏਗਾ, ਇਹਨਾਂ ਦੀ ਪੜ੍ਹਾਈ, ਇਹਨਾਂ ਦੀ ਲਿਖਾਈ, ਇਹਨਾਂ ਦੀ ਜੌਬ, ਇਹਨਾਂ ਦਾ ਵਿਆਹ ਕਿਵੇਂ ਹੋਏਗਾ। ਆਹੀ ਬੋਝ ਹੈ, ਇਹੀ ਚਿੰਤਾ ਹੈ। ਮਹਾਰਾਜ ਕਹਿੰਦੇ ਤੈਨੂੰ ਕਿੰਨੇ ਭੁਲੇਖਾ ਪਾ ਦਿੱਤਾ ਕਿ ਤੇਰੇ ਪਰਿਵਾਰ ਨੂੰ ਤੂੰ ਪਾਲਦਾ, ਤੇਰੇ ਪਰਿਵਾਰ ਨੂੰ ਨਹੀਂ, ਤੂੰ ਨਹੀਂ ਪਾਲਦਾ, ਬਲਕਿ ਕਿਸੇ ਦੇ ਪਰਿਵਾਰ ਨੂੰ ਕੋਈ ਨਹੀਂ ਪਾਲਦਾ, ਸਭ ਦੇ ਪਰਿਵਾਰ ਨੂੰ ਕਰਤਾਰ ਪਾਲਦਾ, ਅਕਾਲ ਪੁਰਖ ਪਾਲਦਾ। ਦਾਦਾ ਦਾਤਾ ਇਹ ਕਹੇ ਸਭ ਕੋ ਦੇਵਣ ਹਾਰ, ਦਿੰਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਮਹਾਰਾਜ ਕਹਿੰਦੇ ਬੋਝ ਕਾਹਦਾ ਹੈ, ਜੋ ਕਿਰਤ ਤੈਨੂੰ ਮਾਲਕ ਨੇ ਦਿੱਤੀ ਉਹਨੂੰ ਇਮਾਨਦਾਰੀ ਨਾਲ ਕਰਿਆ ਕਰ, ਜੋ ਮੁਸ਼ਕਤ ਮਿਹਨਤ ਤੂੰ ਕਰਦਾ ਉਹ ਕਰ, ਚਿੰਤਾ ਨਾ ਕਰ, ਬੋਝ ਆਪਣੇ ਸਿਰ 'ਤੇ ਨਾ ਧਰ। ਜੋ ਆਇਆ ਹੈ ਨਾ ਉਹ ਆਪਣਾ ਲੈ ਕੇ ਆਇਆ ਹੈ, ਜੋ ਵੀ ਇਸ ਸੰਸਾਰ 'ਚ ਆਉਂਦਾ ਲੈ ਕੇ ਆਉਂਦਾ ਹੈ। ਤੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਣਾ ਬੰਦਾ ਮੇਰੇ ਕਰਕੇ ਪਲਦਾ ਪਿਆ ਹੈ, ਫਲਾਣਾ ਬੰਦਾ ਮੇਰੇ ਕਰਕੇ ਰੋਟੀ ਖਾ ਰਿਹਾ ਹੈ, ਫਲਾਣੇ ਬੰਦੇ ਨੂੰ ਮੈਂ ਮਦਦ ਕਰਦਾ ਪਿਆ,
अगर मैं ना हुंदा तो उहदा तो कुछ बनना ही नहीं सी। महाराज जी कहिंदे सब दा ओ है और जिहदा कोई नहीं ना उहदा भी ओही है। संसार च कहिंदे तां कोई नहीं उहदा भी ओही है, तो फिर चिंता कादी, किस गल दा फिकर। हाँ, फिकर छड़ के चिंता छड़ के चिंतन कर, आलस छड़ के मेहनत मुशक्कत कर, हार नू छड़ के ते तुम अपने कार्य वल दिन रात लगातार मेहनत मुशक्कत कर। अज नहीं ते कल, कल नहीं ते परसों, दिन बदल जाने ने, बदलने ने, और सब दे बदलने ने, बस भरोसा रख।